ਫਿਰ ਆਪਾਂ ਨੂੰ ਇਹ ਸੱਤ ਸੰਗਤ ਹੈ ਜੋ ਇਹ ਪ੍ਰਾਪਤ ਹੁੰਦੀ ਹੈ। ਬਿਨਾਂ ਭਾਵਨਾ ਤੋਂ ਸਾਨੂੰ ਇਹ ਸੱਤ ਸੰਗਤ ਮਿਲਦੀ ਨਹੀਂ, ਅਤੇ ਜਦ ਤੱਕ ਜੀਵ ਸੱਤ ਸੰਗਤ ਨਹੀਂ ਕਰਦਾ ਉਹਨਾਂ ਸਮਾਂ ਦਾ ਜਿਹੜਾ ਮਨ ਹੈ ਸ਼ੁੱਧ ਨਹੀਂ ਹੁੰਦਾ, ਮੈਲ ਦੇ ਨਾਲ ਭਰਿਆ ਰਹਿੰਦਾ। ਮਾਰੇ ਫਰਮਾਉਂਦੇ ਨੇ ਬਿਨ ਭਾਗਾਂ ਸੱਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਹੁਣ ਜਦ ਤੱਕ ਜੀਵ ਸੱਤ ਸੰਗਤ ਨਹੀਂ ਕਰਦਾ ਉਹਨਾਂ ਸਮਾਂ ਦਾ ਜਿਹੜਾ ਮਨ ਹੈ ਮਨ ਸ਼ੁੱਧ ਨਹੀਂ ਹੁੰਦਾ ਹੈ, ਮਨ ਧੋਤਾ ਨਹੀਂ ਜਾਂਦਾ ਹੈ। ਇਸ ਲਈ ਫਿਰ ਆਪਾਂ ਨੂੰ ਮਾਰੇ ਸਮਝਾਉਂਦੇ ਨੇ ਵੀ ਜਿਹੜੇ ਤਾਂ ਵੱਡੇ ਭਾਗਾਂ ਵਾਲੇ ਨੇ ਉਹਨਾਂ ਨੂੰ ਸੱਤ ਸੰਗਤ ਪ੍ਰਾਪਤ ਹੋ ਜਾਂਦੀ, ਅਤੇ ਜਿਹੜੇ ਭਾਗਾਂ ਤੋਂ ਹੀ ਨੇ ਉਹ ਸੰਗਤ 'ਚ ਨਹੀਂ ਆਉਂਦੇ, ਉਹ ਭਰਮ ਦੇ ਵਿੱਚ ਫਿਰ ਚੋਟਾਂ ਖਾਂਦੇ ਨੇ, ਵਾਰ ਵਾਰ ਜੰਮਦੇ ਮਰਦੇ ਨੇ। ਮਾਰੇ ਕਹਿੰਦੇ ਬੜ ਭਾਗੀ ਸਤ ਸੰਗਤ ਪਾਵੇ, ਭਾਗਹੀਨ ਭਰਮ ਛੋਟਾਂ ਖਾਵੇ। ਹੁਣ ਜਿਹੜੇ ਭਾਗਾਂ ਤੋਂ ਹੀ ਨੇ ਭਰਮ ਦੇ ਵਿੱਚ ਵਾਰ ਵਾਰ ਜਮਾਂ ਦੀ ਮਾਰ ਸਹਿਣੀ ਪੈਂਦੀ ਹੈ, ਵਾਰ ਵਾਰ ਜਨਮ ਮਰਨ ਦੇ ਵਿੱਚ ਸਾਨੂੰ ਆਉਣਾ ਪੈਂਦਾ ਹੈ। ਸੋ ਇਸ ਲਈ ਮਾਰੇ ਕਹਿੰਦੇ ਵੀ ਜੇ ਸਾਡੇ ਬਹੁਤ ਵੱਡੇ ਭਾਗ ਹੋਣ ਫਿਰ ਸਾਨੂੰ ਸੱਤ ਸੰਗਤ ਮਿਲਦੀ, ਅਤੇ ਫਿਰ ਅਸੀਂ ਇਹ ਸੱਤ ਸੰਗਤ ਦੇ ਵਿੱਚ ਮਿਲ ਕੇ ਇਹ ਬ੍ਰਹਮਾਂਤਰ ਨੂੰ ਦ੍ਰਿੜ ਕਰਦੇ ਹਾਂ, ਸਿਮਨ ਕਰਦੇ ਹਾਂ। ਪਰ ਮਾਉਂਦੇ ਨੇ ਜੇ ਵੱਡ ਭਾਗ ਹੋਵੇ ਅਤ ਨੀਕਾ ਤਾਂ ਗੁਰਮੰਤਰ ਨਾਮ ਦਰਤੀਜੇ, ਵੀ ਜੇ ਸਾਡੇ ਬਹੁਤ ਚੰਗੇ ਭਾਗ ਹੋਣ ਫਿਰ ਸਾਨੂੰ ਮੌਕਾ ਮਿਲਦਾ ਹੈ, ਉਹ ਵੀ ਜਦੋਂ ਮਾਲਕ ਸਾਡੇ 'ਤੇ ਤੁੱਠਦਾ ਉਹ ਫਿਰ ਸਾਨੂੰ ਆਪ ਇਹ ਸੱਤ ਸੰਗਤ ਦੇ ਵਿੱਚ ਲੈ ਕੇ ਆਉਂਦਾ ਹੈ। ਇਸ ਲਈ ਮਾਰੇ ਫਰਮਾਉਂਦੇ ਨੇ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹੋ ਕਾਜ ਤੁਮ ਆਪ ਕੀਓ। ਇਹ ਕਾਰਜ ਮਾਲਕ ਆਪ ਕਰਦਾ ਵੀ ਸਾਡੇ 'ਤੇ ਕਿਰਪਾ ਕਰਕੇ ਸਾਡੇ ਮਨ ਨੂੰ ਪ੍ਰੇਰ ਕੇ ਸਾਨੂੰ ਸੱਤ ਸੰਗਤ ਦੇ ਵਿੱਚ ਲੈ ਕੇ ਆਉਂਦਾ। ਫਿਰ ਸੱਤ ਸੰਗਤ ਦੇ ਵਿੱਚ ਲਿਆ ਕੇ ਸਾਨੂੰ ਸੋਝੀ ਦਿੰਦਾ, ਆਪਣੇ ਆਪੇ ਦੀ ਗਿਆਨ ਦਿੰਦਾ, ਭੇਜ ਦਿੰਦਾ ਵੀ ਕਿਵੇਂ ਇਹ ਸਾਰਾ ਸ੍ਰਿਸ਼ਟੀ ਦਾ ਜਿਹੜਾ ਖੇਲ ਹੈ ਇਹ ਖੇਲ ਸ਼ੁਰੂ ਹੋਇਆ, ਕਿਵੇਂ ਨਿਰੰਕਾਰ ਤੋਂ ਆਕਾਰ ਵਿੱਚ ਪ੍ਰਗਟ ਹੋਏ ਨੇ। ਸੋ ਇਹ ਸਾਰਾ ਭੇਦ ਫਿਰ ਸਾਨੂੰ ਸੱਤ ਸੰਗਤ ਦੇ ਵਿੱਚ ਆਇਆ ਨੂੰ ਮਿਲਦਾ ਹੈ। ਜਦ ਤੱਕ ਜੀਵ ਸੱਤ ਸੰਗਤ ਦੇ ਵਿੱਚ ਨਹੀਂ ਆਉਂਦਾ ਉਹਨਾਂ ਸਮਾਂ ਦਾ ਜਿਹੜਾ ਜੀਵਨ ਉਹ ਭਰਮ ਦੇ ਵਿੱਚ, ਇਹ ਉਹਦਾ ਜੀਵਨ ਪਸ਼ੂਆਂ ਵਰਗਾ ਹੁੰਦਾ ਹੈ। ਕਿਉਂਕਿ ਮਨਮੁੱਖ ਜੀਵ ਕੀ ਕਰਦਾ ਹੈ, ਸਵੇਰੇ ਉੱਠਦਾ ਇਹ ਨਹੀਂ ਪਤਾ ਵੀ ਕਿਹਨੇ ਭੇਜਿਆ ਮੈਨੂੰ, ਕਿਵੇਂ ਸਰੀਰ ਵਿੱਚ ਪ੍ਰਵੇਸ਼ ਹੋਇਆ, ਉੱਠਿਆ ਖਾਧਾ ਪੀਤਾ ਕਰਨ 'ਤੇ ਲੱਗ ਗਿਆ, ਸਾਰਾ ਦਿਨ ਪਸ਼ੂਆਂ ਵਾਂਗੂ ਕਰਮ ਕੀਤੀ ਗਏ, ਸ਼ਾਮ ਨੂੰ ਰਾਤ ਨੂੰ ਵਿਹਲੇ ਹੋਏ ਖਾਧਾ ਪੀਤਾ ਫਿਰ ਸੌਂ ਗਏ। ਹੁਣ ਐਸਾ ਜੀਵਨ ਤਾਂ ਮਾਰੇ ਕਹਿੰਦੇ ਇੱਕ ਪਸ਼ੂ ਵੀ ਗੁਜ਼ਾਰਦਾ, ਉਹ ਵੀ ਖਾਂਦਾ ਪੀਂਦਾ ਹੈ, ਸੌਂਦਾ ਹੈ, ਉਹ ਵੀ ਬੱਚੇ ਪਾਲਦਾ ਹੈ। ਸਾਨੂੰ ਇਹ ਜੋ ਮਾਨਸ ਜਾਮਾ ਮਿਲਿਆ 84 ਲੱਖ ਜੂਨ ਤੋਂ ਉੱਤੋਂ, ਇਹ ਸਾਨੂੰ ਇਸ ਵਾਸਤੇ ਮਿਲੇ ਹੈ ਵੀ ਹੁਣ ਅਸੀਂ ਇਹਦੇ ਵਿੱਚ ਭਗਤੀ ਕਰਕੇ ਵਾਹਿਗੁਰੂ ਦੇ ਨਾਲ ਮਿਲਾਪ ਕਰ ਸਕਦੇ ਹਾਂ। ਅਤੇ ਜੋ ਅਸੀਂ ਵਾਰ ਵਾਰ ਜੂਨਾਂ ਦੇ ਵਿੱਚ ਆ ਰਹੇ ਹਾਂ, ਜਿਹੜਾ ਸਾਨੂੰ ਜਨਮ ਮਰਨ ਦਾ ਰੋਗ ਲੱਗਿਆ, ਇਹ ਸਾਡਾ ਜਨਮ